सर तुहानू लोग मिलन लई परेशान हो रहे हैं, सवेरे भी लोग काफ़ी आए सी और तुसी छुट्टी ली हुई है जां की समस्या की है सर? तुसी लोगों नू मिल क्यों नहीं रहे, तुसी आराम फरमा रहे हो उपर? आराम कोई फरमा रहे, मैं थले भी आया थले मीटिंग कर लूँगी, मीटिंग कर सकती है, मैं डेस्क की प्रॉब्लम हैगी है सर। पता की समस्या इन्दे च, साडे कोले लोक अज सुबह भी आए सी, हुण वी इह बाई जी आए हैगे आ, इह कहिंदे वी जदों वी असीं आए हैगे बीडीओ पी ओ साहब जिहड़े हैगे आ उपर आराम फरमा रहे आ और साडियां जो समस्यावां दा हल हैगा उह हो नहीं रहा। ਮੈਂ ਜੀ ਅੱਜ ਚੌਥੀ ਵਾਰ ਆਇਆ ਤੇ ਚੌਥੀ ਵਾਰ ਚੁਬਾਰੇ 'ਚ ਮੈਨੂੰ ਚੌਥੇ ਵਿਚਾਰੇ ਨਹੀਂ ਮਿਲੇ ਆ ਤੇ ਮੇਰਾ ਲੜੇ ਵੀ ਹੈ ਕਿ ਤੂੰ ਚੁਬਾਰੇ 'ਚ ਕੌਣ ਆ ਇੱਥੇ ਆਉਣਾ, ਬਾਹਰ ਫੜ ਕੇ ਮੈਨੂੰ ਬਾਹਰ ਕੱਢਿਆ ਜੀ ਇੱਥੇ। ਇਹਨਾਂ ਨੇ ਮੈਂ ਪੁਲਿਸ ਨੂੰ ਤਸਵੀਰ ਨੂੰ ਲਿਖਿਆ ਹੋਇਆ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ, ਇਹ ਤੁਹਾਡੇ ਮੀਡੀਆ ਰਾਹੀਂ ਆਪ ਅੱਗੇ ਆਪ ਵੀ ਹੁਣ ਪਹਿਲਾਂ ਵੀ ਲਾਈਵ ਹੋ ਕੇ ਗਿਆ ਹੈਗਾ। ਨਹੀਂ ਸਰ ਤੁਹਾਡੀ ਕੋਈ ਲੀਵ ਵਗੈਰਾ ਲਈ ਹੋਈ ਹੈ ਸਰ? ਤੁਹਾਡੀ ਕੋਈ ਲੀਵ ਵਗੈਰਾ ਲਈ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਿਆ? ਦਫ਼ਤਰ ਦੇ ਵਿੱਚ ਹੀ ਹੈ ਮੇਰੇ ਕੋਲ, ਦਫ਼ਤਰ ਦੇ ਵਿੱਚ ਮੈਂ ਬੈਠਾ ਹਾਂ ਜੀ, ਬੈਠਾ ਹਾਂ ਜੀ। चलो जेकर तुसी दफ्तर चो तां फिर लोकां दे काम वी तां होने चाहीदे आ ना सर, लोक परेशान हो रहे आ, समस्या इह हैगी। ਸਰ ਅਸੀਂ ਜੀ ਜਸਵਿੰਦਰ ਸਿੰਘ ਪੀਓ ਦਫ਼ਤਰ ਆਏ ਹੋ, ਕੀ ਸਮੱਸਿਆ ਜੀ ਤੁਹਾਨੂੰ, ਕੋਈ ਤੁਸੀਂ ਰੌਲ ਪਾ ਰਹੇ ਸੀ? ਇਸ ਦਫ਼ਤਰ ਦੇ ਵਿੱਚ ਮੈਂ 2-2.5 ਸਾਲ ਤੋਂ ਲਗਾਤਾਰ ਆਉਣਾ ਜੀ, ਤਕਰੀਬਨ ਇੱਕ ਦਾ ਦਿਨ ਛੱਡ ਕੇ 5-5, 4-4 ਗੇੜੇ ਮੇਰੇ ਵੱਜਦੇ ਆ। ਮੇਰੇ ਆਉਣ ਦਾ ਕਾਰਨ BDPO ਦਫ਼ਤਰ ਇਹ ਹੈ ਕਿ ਮੇਰੇ ਘਰ ਦੇ ਨਾਲ ਇੱਕ ਪੰਚਾਇਤੀ ਗਲੀ ਆ ਜੀ, ਉਹ ਇੱਕ ਬੰਦੇ ਵੱਲੋਂ NRI ਬੰਦੇ ਵੱਲੋਂ ਨੱਪੀ ਗਈ ਹੈ, ਕਬਜ਼ਾ ਕੀਤਾ ਗਿਆ ਉਹਨੂੰ। ਮੈਂ ਖਾਲੀ ਕਰਾਉਣ ਨੂੰ ਸਭ ਕੁਛ ਉਹਦਾ ਹੋਇਆ ਵਾ, ਕਾਗਜ਼ ਪੱਤਰ ਸਭ ਕਾਰਵਾਈ ਹੋਈ ਵੀ ਹੈ, ਪਰ ਇਹ ਦਫ਼ਤਰ ਵੱਲੋਂ ਉਹ ਗਲੀ ਖਾਲੀ ਨਹੀਂ ਕਰਾਈ ਜਾ ਰਹੀ ਗੀ, ਇਸ ਕਰਕੇ ਮੈਨੂੰ ਇਹ ਦਫ਼ਤਰ ਆਉਣਾ ਪੈਂਦਾ। ਜਿਹੜੇ ਹੁਣ ਇੱਥੇ DDPO ਨਿਰਮਲ ਸਿੰਘ ਆ BDPO, ਹੁਣ ਜਦੋਂ ਮੈਂ ਅੱਜ 3 ਵਾਰੀ ਇਦੂ ਪਹਿਲਾਂ ਆਇਆ ਇਹਨਾਂ ਕੋਲ ਅਤੇ ਅੱਜ 4th ਵਾਰ ਆਇਆ, ਚਾਰ ਵਾਰੀਆਂ ਦੇ ਵਿੱਚੋਂ 4 ਵਾਰੇ ਮੈਨੂੰ ਚੁਬਾਰੇ ਦੇ ਵਿੱਚ ਮਿਲੇ ਆ ਜੀ। ਥੱਲੇ ਕਹਿੰਦੇ ਸੀਗੇ ਵੀ ਦਫ਼ਤਰ ਦੇ ਵਿੱਚ ਹੈ ਨਹੀਂ ਗੇ BDPO ਸਾਹਿਬ, ਮੈਂ ਮੇਰੇ ਪਤਾ ਲੱਗਦਾ ਵੀ ਤਾਂ ਬੈਠੇ ਆ, ਜਦੋਂ ਮੈਂ ਤਾਂ ਜਾਂਦਾ ਸੀ ਉੱਥੇ ਗਿਆ ਵੀ ਮੇਰੇ ਇੱਥੇ ਕਿਉਂ ਆਇਆ, ਇੱਥੇ ਕਿਉਂ ਆਉਣਾ, ਗਲਤ ਆ ਇੱਥੇ ਆਉਣਾ, ਮੇਰੇ ਤੋਂ ਇੱਥੇ ਨਹੀਂ ਆ ਸਕਦਾ ਗਾ। ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਆਪਦੇ ਦਫ਼ਤਰ ਬੈਠੋ ਤਾਂ ਮੈਨੂੰ ਇੱਥੇ ਆਉਣ ਦੀ ਜ਼ਰੂਰਤ ਨਾ ਪਵੇ, ਕਿਉਂਕਿ ਤੁਹਾਡਾ ਜਿਹੜਾ ਦਫ਼ਤਰ ਹੈ, ਦਫ਼ਤਰ ਦੇ ਵਿੱਚ ਬੈਠੋ, ਤੁਹਾਨੂੰ ਲੋਕ ਹੋਰ ਵੀ ਬਹੁਤ ਮਿਲਣ ਵਾਲੇ ਖੱਜਲ ਖੁਆਰ ਹੁੰਦੇ ਆ, ਤੁਸੀਂ ਦਫ਼ਤਰੀ ਟਾਈਮ ਦੇ ਵਿੱਚ ਆਪਦੇ ਰੂਮ ਦੇ ਵਿੱਚ ਆ ਕੇ ਆਰਾਮ ਨਾਲ ਫਰਮਾਇਆ ਕਰੋ। ਤੁਹਾਨੂੰ ਕੋਠੇ ਤੇ ਕੌਣ ਤੇ? ਅੱਜ ਵੀ ਮੈਂ ਜਦੋਂ ਪਤਾ ਇੱਥੇ ਆਇਆ ਮੈਨੂੰ ਪਤਾ ਲੱਗਿਆ ਵੀ ਸੀਟ ਤੇ ਹੈ ਨਹੀਂ ਗੇ, ਮੈਂ ਪੁੱਛਿਆ ਉਹ ਕਹਿੰਦੇ ਵੀ ਮੁਲਾਜ਼ਮ ਕਹਿੰਦੇ ਡਰਦੇ ਦੱਸਦੇ ਨਹੀਂ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿੱਥੇ ਹੈ। ਮੈਨੂੰ ਇਹ ਗੱਲ ਦਾ ਪਤਾ ਸੀ ਵੀ ਅੱਗੇ 3 ਵਾਰੀ ਉੱਥੇ ਮਿਲੇ ਆ ਤੇ ਅੱਜ 4th ਵਾਰੀ ਵੀ ਉੱਥੇ ਹੋਣਗੇ। ਨਹੀਂ, ਜਿਹੜਾ ਚਵਾਰੇ ਦੇ ਵਿੱਚ ਇਹਨਾਂ ਦਾ ਕੋਈ ਸਪੈਸ਼ਲ ਦਫ਼ਤਰ ਬਣਾਇਆ ਜਾਂ ਉੱਥੇ ਕੋਈ ਬੈੱਡਰੂਮ ਬਣਾਇਆ? ਕੀ ਬੈੱਡਰੂਮ ਆ ਜੀ, ਅੱਜ ਵੀ ਤੁਸੀਂ ਉਹ ਵੀਡੀਓ ਦੇ ਵਿੱਚ ਜਿਹੜੀ ਮੈਂ ਬਣਵਾਈ ਹੈ ਉਹਦੇ ਵਿੱਚ ਤੁਸੀਂ ਸਾਫ਼ ਦੱਸਦਾ ਵੇਖਿਆ ਹੋਊਗਾ ਕਿ BDPO ਸਾਹਿਬ ਇੱਕ ਆਮ ਕੱਪੜਿਆਂ ਦੇ ਵਿੱਚ ਜਿਵੇਂ ਆਪਾਂ ਘਰੇ ਪੈਂਦੇ ਹਾਂ ਉਵੇਂ ਬੈੱਡ ਦੇ ਉੱਤੇ ਆਰਾਮ ਫਰਮਾ ਰਹੇ ਸੀ। ਜਦੋਂ ਮੈਂ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਵੇਖਿਆ ਤੇ ਤਵਾ ਦਾ ਕੈਮਰਾ ਖੁੱਲਣ ਤੋਂ ਮੇਰੇ ਫੜਨ ਤੋਂ ਮੇਰੇ ਖਿੱਚਣ ਤੋਂ ਆਏ ਤੇ ਮੈਂ ਪਿੱਛੇ ਹੋਇਆ ਤੇ ਉਹਨਾਂ ਨੇ ਗੇਟ ਡਾਲਿਆ, ਇਹ ਹੋਇਆ ਜੀ। ਅੱਜ ਕਿੰਨੇ ਵਜੇ ਗੱਲ ਆਈ ਹੈ? ਇਹ ਗੱਲ 3 ਵਜੇ ਦੀ ਆ, ਦਫ਼ਤਰੀ ਟਾਈਮ ਦੀ ਗੱਲ ਆ ਜੀ। ਦਫ਼ਤਰੀ ਟਾਈਮ ਦੇ ਵਿੱਚ ਹੀ BDPO ਸਾਹਿਬ ਆਪਣੇ ਕਮਰੇ ਦੇ ਵਿੱਚ ਆਰਾਮ ਫਰਮਾ ਰਹੇ ਹੁੰਦੇ ਆ ਤੇ ਇੱਥੇ ਜਨਤਾ ਦੇ ਜੀ ਖੱਜਲ ਖੁਆਰ ਹੁੰਦੀ ਫਿਰਦੀ ਆ, ਉਹਨਾਂ ਨੂੰ ਮਿਲਣ ਵਾਲੇ ਪਰ ਕਿਸੇ ਨੂੰ ਮਿਲਦੇ ਨਹੀਂ, ਤਾਂ ਚੁਬਾਰੇ 'ਚ ਹੀ ਹੁੰਦੇ ਆ ਹਰ ਵਾਰ। ਇਹ ਹਰ ਰੋਜ਼ ਦੀ ਗੱਲ ਹੈ ਜਾਂ ਇੱਕ ਅੱਧੀ ਵਾਰੀ ਹੋਇਆ ਬਈ? ਮੇਰਾ ਅੱਜ 4th ਗੇੜਾ ਸੀ ਮੇਰਾ ਇਹਨਾਂ ਕੋਲੇ ਜੀ, 4 ਵਾਰੀ ਇਹ ਹੋਇਆ ਜੀ। ਤੁਸੀਂ ਹੁਣ ਜਿਹੜਾ ਹੈਗਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕੀ ਮੰਗ ਕਰਦੇ? ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਲੋਕਾਂ ਨੇ ਤੁਹਾਨੂੰ ਜਿਹੜੀ ਉਮੀਦ ਨਾਲ ਵੋਟਾਂ ਪਾਈਆਂ ਤੇ ਬਦਲਾਅ ਦੀ ਖਾਤਰ ਪਾਈਆਂ, ਉਹ ਬਦਲਾਅ ਇੱਥੇ ਕੁਛ ਵੀ ਦਿਸ ਨਹੀਂ ਰਿਹਾ ਗਾ। ਅਫਸਰ ਸਾਹੀ ਉਵੇਂ ਭਾਰੂ ਹੈ ਤੇ ਅਫਸਰ ਕਿਸੇ ਸਰਕਾਰ ਨੂੰ ਕਿਸੇ ਨੂੰ ਕੁਛ ਨਹੀਂ ਜਾਣਦੇ ਗੇ ਤੇ ਸਾਰੇ ਕਾਸੇ ਨੂੰ ਛਿੱਕੇ ਟੰਗ ਕੇ BDPO ਸਾਹਿਬ ਤੇ ਆਪਦੇ ਕਮਰੇ ਦੇ ਵਿੱਚ ਆਰਾਮ ਫਰਮਾ ਰਹੇ ਸੀ। ਕੋਈ BDPO ਸਾਹਿਬ ਨੇ ਜਾਂ ਕੋਈ ਲਿਖਤੀ 'ਚ ਕੋਈ ਛੁੱਟੀ ਵਗੈਰਾ ਨਾ ਲਈ ਹੋਵੇ ਤਾਂ ਕਰਕੇ? ਨਾ ਜੀ, ਅੱਜ ਮੈਂ 4th ਵਾਰ ਆਇਆ, 4th ਵਾਰੀ ਕੋਈ ਕਿਸੇ ਛੁੱਟੀ 'ਤੇ ਨਹੀਂ ਸੀ। ਅੱਜ ਵੀ ਤੁਸੀਂ ਬੇਸ਼ੱਕ BDO ਸਾਹਿਬ ਤੋਂ ਪਤਾ ਕਰ ਲਓ ਵੀ ਛੁੱਟੀ 'ਤੇ ਸੀਗੇ, ਲੀਵ 'ਤੇ ਚੱਲ ਰਹੇ ਸੀ? ਨਹੀਂ ਜੀ, ਮੈਨੂੰ ਪਤਾ ਉਹ ਆਨ ਡਿਊਟੀ ਸੀਗੇ, ਆਨ ਡਿਊਟੀ ਉਹ ਆਪਦੇ ਕਮਰੇ ਦੇ ਵਿੱਚ ਆਰਾਮ ਫਰਮਾ ਰਹੇ ਸੀ ਤੇ ਲੋਕ ਇੱਥੇ ਜੀ ਤਾਂਤਾ ਲੱਗਿਆ ਵਾ ਸੀ ਮਿਲਣ ਵਾਲਿਆਂ ਦਾ, ਇੰਨੇ ਲੋਕ ਫਿਰਦੇ ਸੀਗੇ ਤੇ ਇੱਥੇ ਮੋੜੀ ਜਾਂਦੇ ਜੀ ਕਹਿ ਕੇ ਕਿ BDPO ਸਾਹਿਬ ਤਾਂ ਹੈ ਨਹੀਂ। ਤੁਸੀਂ ਛੱਤ ਤੇ ਜਦੋਂ ਦੇਖਣ ਗਏ ਤੁਹਾਨੂੰ ਕਿਹਨੇ ਭੇਜਿਆ ਸੀ ਉੱਥੇ? ਮੈਂ ਆਪਦੀ ਆਪ ਹੀ ਕਿਹਾ ਸੀ, ਮੈਨੂੰ ਪਤਾ ਜੀ ਅਕਸਰ ਹੀ ਉੱਥੇ ਮਿਲਦੇ ਆ, ਮੈਨੂੰ ਪਤਾ ਸੀ ਵੀ ਉਹ ਚੁਬਾਰੇ 'ਚ ਹੀ ਹੁੰਦੇ, ਦਫ਼ਤਰ 'ਚ ਤਾਂ ਬਹਿੰਦੇ ਹੀ ਨਹੀਂ ਜੀ, ਇਸ ਕਰਕੇ।